ਜਾਓ ਵੀ ਮਿੱਤਰੋ ਧਨੌਲਾ ਨੇ ਟੀਵੀ ਤੇ ਤੁਸੀਂ ਧਨੌਲੇ ਦਾ ਦੁਸ਼ਹਿਰਾ ਦੇਖੋ ਜਿਹੜਾ ਹਲੇ ਰਾਵਣ ਦੀ ਤਿਆਰੀ ਚੱਲੀ ਜਾਂਦੀ ਹੈ ਪੜਾਕੇ ਪਾਈ ਜਾਂਦੇ ਨੇ ਰਾਵਣ ਚ ਤਿਆਰ ਹਲੇ ਕੀਤਾ ਨਹੀਂ ਸੀ ਅਸੀਂ ਪਹਿਲੀ ਸ਼ਾਟ ਲੈ ਲਈ ਸੀ ਇਹਦੇ ਦੇਖੋ ਕਿੰਨੇ ਸ਼ੌਂਕ ਨਾਲ ਰਾਵਣ ਤਿਆਰ ਹੋ ਰਿਹਾ ਰਾਵਲੀਲਾ ਕਲੱਬ ਵੱਲੋਂ ਤਿਆਰ ਕੀਤਾ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਤੇ ਇਸ ਵਾਰ ਵੀ ਬਹੁਤ ਸੋਹਣਾ ਰਾਵਣ ਤਿਆਰ ਕੀਤਾ ਇਹਨਾਂ ਨੇ ਤੇ ਇਹਦੀ ਤਿਆਰੀ ਚੱਲੀ ਜਾਂਦੀ ਸੀ ਤੇ ਹਲੇ ਰਾਵਣ ਨੂੰ ਥੱਲੇ ਲਟਾਇਆ ਪਿਆ ਖੜਾ ਕੀਤਾ ਨਹੀਂ ਤੇ ਇਹ ਸਟੇਜ ਬਣੀ ਹੋਈ ਹੈ ਸਾਰੀ ਇਹਦੀ ਇੱਥੇ ਸਾਰਾ ਪ੍ਰੋਗਰਾਮ ਉਲੀਕਿਆ ਜਾਣਾ ਹੈ ਲਓ ਜੀ ਹੁਣ ਆਪਾਂ ਐਂਟਰੀ ਗੇਟ ਤੇ ਆ ਗਏ ਇੱਥੋਂ ਅੰਦਰ ਨੂੰ ਜਾਣਗੇ ਜਿਨ੍ਹਾਂ ਨੇ ਵੀ ਮੇਲੇ 'ਚ ਜਾਣਾ ਸਾਰਿਆਂ ਨੇ ਇੱਥੋਂ ਦੀ ਵੀ ਜਾਣਾ ਪੰਜਾਬ ਪੁਲਿਸ ਦਾ ਵੀ ਪਹਿਰਾ ਲੱਗਿਆ ਹੋਇਆ ਕੋਈ ਆਈ ਜਾਂਦਾ ਤੇ ਕੋਈ ਜਾਈ ਜਾਂਦਾ ਹੈ ਇੱਧਰ ਪਹਿਲਾਂ ਲੱਗਦਾ ਹੁੰਦਾ ਸੀ ਮੇਲਾ ਹੁਣ ਇਹਨਾਂ ਨੇ ਜਗ੍ਹਾ ਬਦਲ ਕੇ ਦੂਜੇ ਪਾਸੇ ਕਰਤਾ ਤੇ ਰਸ਼ ਬਹੁਤ ਹੈ ਨਾ ਦੁਕਾਨਾਂ ਸਜਾਈਆਂ ਪਈਆਂ ਨੇ ਦੁਕਾਨਦਾਰਾਂ ਨੇ ਭੀੜ ਕਾਫੀ ਹੈ ਸਟਾਲਾਂ ਬਹੁਤ ਲੱਗੀਆਂ ਹੋਈਆਂ ਨੇ ਨਾ ਬੱਚਿਆਂ ਵਾਸਤੇ ਖੇਡਾਂ ਦਾ ਸਮਾਨ ਲਾਇਆ ਹੋਇਆ ਪੰਜਾਬ ਪੁਲਿਸ ਇੱਥੇ ਹੀ ਬੈਠੀ ਹੈ ਅੰਦਰ ਵੀ ਪੰਜਾਬ ਪੁਲਿਸ ਦਾ ਕਾਫੀ ਪਹਿਰਾ ਲੱਗਿਆ ਹੋਇਆ ਕਾਫੀ ਪੰਜਾਬ ਪੁਲਿਸ ਵਾਲੇ ਨੌਜਵਾਨ ਲਾਏ ਹੋਏ ਨੇ ਤੇ ਦੇਖੋ ਰਾਵਣ ਹੁਣ ਰੈਡੀ ਕਰ ਰੱਖਿਆ ਬਸ 25-30 ਮਿੰਟਾਂ ਚ ਅਗਨੀ ਭੇਟ ਕਰ ਦੇਣਾ ਤੇ ਬਹੁਤ ਰਸ਼ ਹੈ ਕਾਫੀ ਰਸ਼ ਹੈ ਬਹੁਤ ਭੀੜ ਹੋਈ ਪਈ ਹੈ ਐ ਮੈਨੂੰ ਮੇਲਾ ਪੂਰੇ ਭਰ ਗਿਆ ਭਗਵੰਤੇ ਸੱਜਣ ਬੈਠੇ ਨੇ ਸਟੇਜ ਦੇ ਉੱਪਰ ਤੇ ਰੰਗਾਰੰਗ ਪ੍ਰੋਗਰਾਮ ਵੀ ਚੱਲ ਰਿਹਾ ਇਸ ਸਟੇਜ ਤੋਂ ਕਾਫੀ ਰੰਗਾਰੰਗ ਪ੍ਰੋਗਰਾਮ ਚਲਾਏ ਸੀ ਇਸ ਵਾਰ ਗਿੱਧਾ ਭੰਗੜਾ ਦੇਖੋ ਕਿੰਨਾ ਭਾਰੀ ਇਕੱਠ ਹੋਇਆ ਪਿਆ ਦੇਖਣ ਵਾਲਿਆਂ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਉਤਸ਼ਾਹ ਲੋਕਾਂ 'ਚ ਬਹੁਤ ਭਾਰੀ ਇਕੱਠ ਹੈ ਉਹ ਸਿਰੀ ਸਿਰ ਦੀਂਦੇ ਨੇ ਦੂਰ ਤੱਕ ਨਿਗਾਹ ਮਾਰਦਿਆਂ ਜਦੋਂ ਇੱਥੇ ਲੋਕ ਮੱਥਾ ਟੇਕ ਰਹੇ ਨੇ ਸਾਰੇ ਸੀਤਾ ਮਾਤਾ ਨੂੰ ਮੱਥਾ ਟੇਕ ਕੇ ਜਾ ਰਹੇ ਨੇ ਬਹੁਤ ਜ਼ਿਆਦਾ ਰਸ਼ ਹੋਇਆ ਪਿਆ ਬਹੁਤ ਜ਼ਿਆਦਾ ਮੇਰੀ ਬੇਨਤੀ ਹੈ ਸਿਕਾਰਾ ਬੋਲਣ ਲੱਗੇ ਹੈ ਉੱਚੀ ਦੇਣੇ ਪਤਾ ਲੱਗੇ ਬੱਸ ਸਟੈਂਡ ਤੱਕ ਹੋਰ ਸੀ ਵਜ਼ੀਰ ਆਮ ਚੰਦਰ ਕੀ ਆਵਾਜ਼ ਨਹੀਂ ਆਈ ਬਾਈ ਆਵਾਜ਼ ਨਹੀਂ ਆਈ ਦੁਬਾਰਾ ਬੋਲ ਰਹੇ ਹੈ ਹੋਰ ਸੀ ਵਜ਼ੀਰ ਆਮ ਚੰਦਰ ਮਹਾਰਾਜ ਕੀ ਸ੍ਰੀ ਹਨੂੰਮਾਨ ਭਗਵਾਨ ਕੀ ਮਾਤਾ ਸੀਤਾ ਕੀ ਬਸ ਖੁਸ਼ੀ 5-7 ਮਿੰਟ 10 ਮਿੰਟ ਲੱਗਣਗੇ ਟੀਮ ਅਰੁਣ ਜੀ ਜੀਵਨ ਜੀ ਰਜਨੀਸ਼ ਜੀ ਪਹੁੰਚਦੇ ਨੇ ਸਾਡੇ ਨਾਲ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸਾਨੂੰ ਇਹ ਵੀ ਭਰੋਸਾ ਦਿਲਾਇਆ ਇਹਨਾਂ ਨੇ ਕਿ ਜੋ ਵੀ ਫੰਡ ਦੀ ਲੋੜ ਹੈ ਜਾਂ ਸਾਡੀ ਲੋੜ ਹੈ 24 ਘੰਟੇ ਤੁਹਾਡੇ ਨਾਲ ਖੜੇ ਆ ਬਹੁਤ ਧੰਨਵਾਦ ਕਰਦੇ ਹਾਂ ਤਿੰਨਾਂ ਦਾ ਅਸੀਂ ਤੇ ਸਾਡੀ ਤਿੱਕੜੀ ਹੈ ਜੀ ਬੰਸਲ ਪਰਿਵਾਰ ਚੋਂ ਰਜਨੀਸ਼ ਜੀਵਨ ਤੇ ਅਰੁਣ ਬਹੁਤ ਸ਼ੁਕਰਗੁਜ਼ਾਰ ਲਓ ਜੀ ਹੁਣ ਸ਼੍ਰੀ ਹਨੂੰਮਾਨ ਜੀ ਸ਼੍ਰੀ ਰਾਮ ਚੰਦਰ ਜੀ ਤੇ ਸ਼੍ਰੀ ਲਕਸ਼ਮਣ ਜੀ ਰਾਵਣ ਨੂੰ ਅਗਨੀ ਭੇਟ ਕਰਨ ਜਾ ਰਹੇ ਨੇ ਗਰਾਊਂਡ 'ਚ ਆ ਚੁੱਕੇ ਨੇ ਜਿੱਥੇ ਰਾਵਣ ਦਾ ਪੁਤਲਾ ਲੱਗਿਆ ਹੋਇਆ ਹੁਣ ਆਪਣੇ ਤੀਰ ਚਲਾ ਕੇ ਰਾਵਣ ਨੂੰ ਬਾਅਦ 'ਚ ਅੱਗ ਲਾਈ ਜਾਊਗੀ ਪਰ ਮਿੱਤਰੋ ਇੱਕ ਗੱਲ ਦੀ ਸਮਝ ਨਹੀਂ ਲੱਗੀ
देखो जिन्हों भी पता ए बारे जो अग ला के बिलकुल पुतला खत्म हो गया मच गया सी ना उस तो बाद लोगों ने जो बांस वगैरह जो लगे हुए से सारे खिंच के ले गए मतलब की है वह क्यों लेके जाते हैं लोग जे किसी वीर भाई यार पता ना कमेंट करके जरूर दस्यो भी वह क्यों लेके जाते हैं लोग की मतलब है मैनू तो नहीं ये बारे पता चलो जेडे वीडियो देख रहे हैं कमेंट देख के उन्होंने भी पता लग जाऊ जे वीर भाई नहीं पता हो ना भी क्यों लेके जाते हैं जेडे बुद्धिजीवी पता है दस्यो वीर बन के जरूर है बेनती है सारे जिन्हों पता कमेंटा जरूर दस दौ भी क्यों वो लकड़ा ने जिड़िया खिंच के लैने वो मचदिया सी बिल्कुल गर्म गर्म ही लोग चक के लै गए सू दिखावे बाद च सारा कुछ वह हर साल ही होंगे हर साल ही लोग लेके जाते हैं तो पर मतलब की है लेके जाता ये बारे मैनू नहीं वैसे पता जिन्हों पता बुद्धिजीवी जरूर दस्यो वह मतलब तो यदा होना कोई तो ही लोग लेके जाते हैं बेफालतू तो अग नाल किहड़ा पंगा लैंदा देखो जिन्हों पता जरूर कमेंट च दसन की कोशिश करो भी वह लोग क्यों लेके जाते हैं देखो किन्ना हुण देखो कट्ठ होया पिया हुण बिल्कुल तैयारी है रब नूं अग्नि भेंट करन दी लो जी शुरू करती क्लब वाले ने अग लाउणी बस चंद ही मिनटां च रब नूं सड़के सुआह हो जाना लो अग लाती देखो उस तो बाद सानूं ओरिजिनल आडियो दिखाउणे इहनां दी पड़ाके पैंदे नहीं लो च लो जी मित्रों चिमट गए लोग हस्तियां चकन वास्ते देखो पूरी अग चली जाती है फिर भी कोई नहीं डर रहा खिचलियां हस्तियां आदा पूरा ही लै गया चक के जंगल ही बल्ले 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 जमे नहीं डरते कोई अग दे बिचों ही खिंची जाते हैं सारा कुछ देखो गुस्सा ना करो मैं तो ए लगा कि फुल ना चुकते हो बाकी जिन्हों पता बई लाजमी दसो भी यह की रस्म आ मैनू नहीं ये बारे पता मैं तो ही लागता ही ला ली जिमें मौत तो बाद फुल चुकते होंने भी शायद इनू भाई फुल चुगना कहें हूँ जिन्हों पता बई बन के जब दस्यो है कहानी की है आ लिया बाबा लै गया चाके पूरी डांग लत्तां मार मार के रबन गया खिंच लिया आ लिया खिंच ली एक ने हो डांग खिंच ली वह खिंची जाते हैं देखो किन्नी अग चली जाती है पर फिर भी नहीं हटते देखो लोग अग नाल खेडना कहते हैं इनू खेडते ने अग नाल पूरी अग मची जाती है लेके जाएंगे छड़ देनी आ लो जी हुण खत्म हो गया मेला उतों लोग घर वापस हो गए तुरे जाते हैं सारे हौली हौली साडे मित्र केवल सिंह नहल भारतीय किसान यूनियन पंजाब दे नंगे ये अंदर गए ने जो उदों मिलके गए ने ते देखो हौली हौली लोग बाहर नूं आ रहे ने बहुत ज्यादा रश सी मित्रों बहुत मेला भरिया होया सी ठीक है बई पेज नूं लाइक कर दिओ चैनल सबसक्राइब कर लियो।